ਤੱਕ ਉੱਠਿਆ ਨਹੀਂ ਕਿਤੇ ਉਲਟਾ ਨਹੀਂ ਕੰਜਮ ਮਰ ਗਿਆ ਇਹ ਹਲਕਿਆ ਕੁੱਤਾ ਬੇ ਉੱਠ ਕੰਜਰ ਦੇ ਟੋਲਿਆ ਉੱਠ ਖੜ ਕੰਜਰ ਟੋਲਿਆ ਦਿਨ ਚੜ ਕੇ ਆਥਣ ਹੋਣ ਵਾਲਾ ਹੋ ਗਿਆ ਨਾ ਫੇਰ ਅੱਛਿਆ ਤੂੰ ਐ ਨਹੀਂ ਉੱਠਦਾ ਉੱਠ ਖੜ ਕੁੰਭ ਕਰਨ ਦਿਆ ਭਾਈਆ ਪਤਾ ਨੀ ਤੇਰੀ ਮਾਂ ਨੇ ਕੀ ਨੀਂਦ ਵਾਲੀਆਂ ਗੋਲੀਆਂ ਖਾ ਕੇ ਤੈਨੂੰ ਜੰਮਿਆ ਸੀਗਾ ਮੈਂ ਤਾਂ ਹਮਾ ਦੀ ਵੇ ਭਾਈ ਹੈਲੋ ਹਮਾ ਦੀ ਕਮਰੇ ਟੋਲੇ ਨੇ ਖੜ ਜਾ ਭੈਣ ਦੇ ਖਸਮਾ ਮੈਂ ਤੁਹਾਨੂੰ ਦੱਸ ਦਿਆ ਫਿਰ ਹੁਣ ਰੂਬੀ ਨੂੰ ਬੀਬੋ ਬੀਬੋ ਆ ਮੰਜਾ ਚੱਕ ਦੇ ਮੀਂਹ ਆ ਗਿਆ ਆ ਹਨੇਰੀ ਆ ਗਈ ਤੂਫਾਨ ਆ ਗਿਆ ਕਿਹੜੀ ਤੇਰੀ ਮਾਂ ਦੀ ਹਨੇਰੀ ਆ ਗਈ ਨਾਲੇ ਭੁਜਾਲ ਆ ਗਿਆ ਇਹ ਤਾਂ ਮੈਂ ਤੇਰੇ ਮੂੰਹ ਤੇ ਪਾਣੀ ਪਾਇਆ ਕਿ ਪਾਣੀ ਆ ਬੀਬੋ ਤੈਨੂੰ ਨਾ ਜੁੱਤੀਆਂ ਦੀ ਘਾਟ ਹੈ ਆ ਸੁੱਤੇ ਪਏ ਬੰਦੇ ਤੇ ਭਲਾ ਕੋਈ ਪਾਣੀ ਪਾਉਂਦਾ ਹੁੰਦਾ ਤੂੰ ਸਹੀ ਕਹੀ ਨਾ ਤੇਰੇ ਦੇ ਪਾਣੀ ਹੋ ਕੇ ਮੈਂ ਤੇਰੇ ਤੇ ਪਟੋਲ ਪਾ ਦਾਂ ਉਹ ਬੀਬੋ ਮੈਂ ਕਹਣਾ ਬਹੁਤਾ ਨਾ ਬੋਲ ਤੇਰੀ ਨਾ ਮੈਂ ਗੁਦੜੀ ਨੂੰ ਮਰੋੜਾ ਦੇ ਦਾਂ ਮੇਰਾ ਗੁੱਸਾ ਬਹੁਤ ਭੜਾ ਹੈ ਮੈਂ ਤਾਂ ਗੁੱਸੇ 'ਚ ਕਈ ਵਾਰੀ ਆਪਦੇ ਵੀ ਥੱਪੜ ਮਾਰ ਲੈਣਾ ਸਮਝੀ ਚੌੜਦਾਰੀਆ ਕੀ ਸੁਣਦਾ ਮਰ ਜਾ ਤੇ ਦੱਦ ਲੱਗ ਜਾ ਆ ਘਰ ਦਾ ਖਰਚਾ ਮੁੱਕਿਆ ਪਿਆ ਓਏ ਪਰਸੋਂ ਤਾਂ ਲਿਆ ਕੇ ਦਿੱਤਾ ਕਰਿਆੜ ਦਿਓ ਸਾਰੇ ਖਾ ਗਏ ਮੈਂ ਕਿਹੜਾ ਕੰਜਰ ਦਿਆ ਪੁੱਤਾ ਖਾਨੀ ਕੱਲੀਆਂ ਤੁਸੀਂ ਝੁੱਟਦਾ ਬੀਬੀ ਰੋਟੀਆਂ ਕੱਟਦਾ ਤੈਨੂੰ ਅੱਜ ਝੁੱਟਦਾ ਤੂੰ ਮੇਰੇ ਸਰ ਦੇ ਖਸਮ ਘਰ ਨੂੰ ਦੱਦ ਲੱਗੇ ਹੋਏ ਨੇ ਸਾਰਾ ਦਿਨ ਕਹਿਣਗੇ ਖਾ ਲੈ ਖਾ ਲੈ ਓਏ ਕਦੇ ਕਮਾਈ ਕਰਕੇ ਦੇਖੋ 150 ਰੁਪਿਆ ਕਮਾ ਕੇ ਦੇਖੋ ਫੇਰ ਮੰਨਾ ਮੈਂ ਤੁਹਾਨੂੰ ਭੈਣ ਦਿਆ ਖਸਮਾ ਜੇ ਮੈਂ ਕਮਾਉਣ ਲੱਗੀ ਤਾਂ ਲੋਕ ਕਹਿਣਗੇ ਤੀਮੀ ਦੀ ਕਮਾਈ ਖਾਂਦਾ ਗਾ ਚੱਲ ਕੋਈ ਨਾ ਹੁਣ ਮੈਂ ਜਾਣਾ ਇਹ ਸਾਲੀ ਕਲੈਣੀ ਆਰਾਮ ਨਾ ਕਰਨ ਦੀ ਪੂਰਾ ਜੇ ਮਾੜੇ ਟਾਈਮ ਸੇੜੀ ਹੈ ਮਰਜੀ ਵੀ ਨਹੀਂ ਸਾਲੀ ਕਿਤੇ ਮਾਰਲੀ ਕਮਲੇ ਟੋਲੇ ਨੇ ਬਈ ਛੇਤੀ ਆ ਜੀ ਮੁੜ ਕੇ ਕੋਈ ਆ ਜੂਗਾ ਹਜੇ ਮੈਂ ਦਾੜ ਵੀ ਫੂਕਣੀ ਆ ਹਾਏ ਹਾਏ ਪਾਪੀਆਂ ਦੀ ਮੈਂ ਤਾਂ ਪਾਪੀਆਂ ਕੱਟਣੀਆਂ ਨਹੀਂ ਪੈਸੇ ਲੈ ਕੇ ਮੁੱਕਰ ਗਿਆ ਕਮਾਲ ਦੀ ਗੱਲ ਆ ਯਾਰ ਅੱਜ 1500 ਰੁਪਇਆ ਲੈ ਕੇ ਮੁੜਾਂਗੇ ਲਾਲੀ ਮੇਰੀ ਗੱਲ ਸੁਣ ਜਾ ਨਾਲ ਤੂੰ ਗਵਾਹ ਹੋਈ ਮੌਕੇ ਦਾ ਤੈਨੂੰ ਗਵਾਹੀ ਦੇਣੀ ਆ ਕੱਢ ਕੇ ਠੀਕ ਆ ਬਾਈ ਮੈਂ ਮੁੱਕਰਦਾ ਨਹੀਂ ਉਹਨਾਂ ਨੂੰ ਪਾਣੀ ਤਾਂ ਮੈਂ ਪਿਆਉਂਦਾ ਰਿਹਾ ਆਂਡੇ ਛਿਲ ਕੇ ਮੈਂ ਖਵਾਉਂਦਾ ਰਿਹਾ ਮੈਂ ਮੌਕੇ ਦਾ ਗਵਾਹ ਬਈ ਬਸ ਇਸੇ ਗੱਲ ਤੇ ਕਾਇਮ ਰਹੀ ਤੂੰ ਕਾਇਮ ਚੱਲ ਆ ਜਾ ਫਿਰ ਦੇਖੀਓ ਜਿਹੜੀ ਹੋਊਗੀ ਲਾਲੀ ਮਾਰ ਬਫੜਾ ਓਏ ਮੈਂ ਤੈਨੂੰ ਆਵਾਜ਼ ਮਾਰ ਕੇ ਦਿਖਾਉਣਾ ਵੇਖ ਕਿਤਨਾ ਆਵਾਜ਼ ਮਾਰੀਂਦੀ ਆ ਓ ਫੁੱਫੜਾ ਘਰੇ ਆ ਸਾਰੇ ਹੈਂ ਚੱਲ ਆ ਜਾ ਓਏ ਉਹਦਾ ਮਰ ਜਾ ਕਿੱਧਰ ਜਾਣਾ ਮੇਰਾ ਓ ਬੂਆ ਘਰ ਆਈ ਆ ਲਾਲੀ ਆ ਕੇਰਾ ਆ ਦੱਸ ਬੂਆ ਨੂੰ ਆ ਪੀਤੀ ਆ ਕਿ ਨਹੀਂ ਕਿਹੜਾ ਕੰਜਰ ਕਹਿੰਦਾ ਪੀਤੀ ਨੀ
ਢਨੋਗਾ ਰੋਜ਼ ਤਾਂ ਡੱਕ ਕੇ ਆਉਂਦਾ ਸੀ। ਮੈਂ ਮੌਕੇ ਦਾ ਗਵਾਹ ਭੂਆ, ਮੈਂ ਮੌਕੇ ਦਾ ਤੇ ਡੱਕ ਟੋਆ ਜਿਹੜਾ ਰੋਜ਼ ਇੰਨੀ ਦਾਰੂ ਟੱਪਦਾ ਸੀਗਾ। ਮੈਂ ਕਿਹਾ ਸੁਣ ਦਿਓ ਜੀ, ਕੀ ਕਾਂ ਕਾਂ ਲਾਈਏ ਬੀਬੋ, ਆ ਮੇਰੇ ਸਾਡੇ ਹੱਥ ਵਾਲੇ ਕਿੱਥੋਂ ਆ ਗਏ, ਪੈਸੇ ਲੈਣ ਆਏ ਹੋਣੇ। ਝੂਠਿਆ, ਨਹੀਂ ਸੁਣਦਾ, ਜਮਾਂ ਨਹੀਂ ਸੁਣਦਾ ਨਾ ਮੇਰਾ ਸਾਲਾਂ ਦੀ। 35 ਸਾਲ ਹੋ ਗਏ ਮੇਰੇ ਨਾਲ ਵਿਆਹੀ ਨੂੰ, ਨਾ ਹਾਲੇ ਤੈਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਸੁਣਦਾ ਜਾਂ ਨਹੀਂ ਸੁਣਦਾ। ਇਹਨਾਂ ਨੇ ਗੱਲ ਕਰ, ਆਹ 1500 ਰੁਪਇਆ ਕੱਢ ਦਾਰੂ ਵਾਲਾ। ਹਾਂ ਬਾਈ, ਕੱਢ ਪੈਸੇ ਬਾਈ, ਨਹੀਂ ਕੱਢੇਗਾ ਤਾਂ ਸਾਨੂੰ ਦੂਏ ਲੁੱਟ ਲੈਣੇ ਆਉਂਦੇ। ਨਾ ਮੇਰਾ ਸਾਲਿਆਂ ਦੇ ਕੀ ਭਕਾਈ ਮਾਰਦੇ ਹੋਏ, ਮੈਂ ਤਾਂ ਦਾਰੂ ਪੀਣ ਵਾਲਿਆਂ ਦੀ ਮਕਾਨ ਬਣੀ ਜਾਂਦਾ, ਨਾਲੇ ਮੈਂ ਤੁਹਾਡੀ ਜਵਾਨੀ ਨਹੀਂ ਦੇਣੀ, ਮੈਂ ਤਾਂ ਮੁੱਕਰ ਗਿਆ। ਚਲੋ ਚਲੋ ਕੰਮ ਕਰੋ। ਚੰਗਾ, ਤੂੰ ਹੁਣ ਆਈ ਫਿਰ ਹਾਥੇ ਤੇ, ਤੈਨੂੰ ਉੱਥੇ ਮੂਤ ਪਿਆਵਾਂਗੇ ਮੂਤ। ਨਾਲੇ ਮੂੰਹ ਸੰਭਾਲ ਕੇ ਗੱਲ ਕਰ ਓਏ, ਓਏ ਮੇਰਾ ਗੁੱਸਾ ਬਹੁਤ ਭੈੜਾ, ਕਈ ਵਾਰੀ ਤਾਂ ਮੈਂ ਆਪਦੇ ਵੀ ਥੱਪੜ ਮਾਰ ਲੈਣਾ, ਸਮਝ ਗਏ ਭਾਲਦੇ ਨੇ ਠੋਲੂ। ਸਾਲਾ ਕੰਜਰ ਕਿਸੇ ਥਾਂ ਦਾ, ਨਾ ਬੰਦਾ ਨਾ ਬੰਦੇ ਦੀ ਯਾਦ। ਓ ਲਾਲੀ, ਜਿੱਥੇ ਮੋਦੀ ਵਾਲਾ 15 ਲੱਖ ਗਿਆ, ਉੱਥੇ ਤੇ 1500 ਗਏ। ਭੈਣ ਮਰਾਣ 1500 ਆਈ ਸਾਲਿਆ ਹੱਥ ਤੇ, ਤੈਨੂੰ ਉੱਥੇ ਪਿਆਵਾਂਗੇ ਘਰ ਦੀ ਗੱਡੀ। ਨਾ ਟੁੱਟ ਕੇ ਪੈਣ ਨੂੰ ਮੈਂ ਕੁੱਤਾ ਹੈ, ਤੈਨੂੰ ਕੱਟਾ ਕੰਜਰ ਦੇ ਪੁੱਤਾ। ਓਏ ਮੈਨੂੰ ਫੜ ਲਓ ਮੈਨੂੰ, ਨਹੀਂ ਮੇਥੋਂ ਇਹਨਾਂ ਦੋਨਾਂ ਦਾ ਕਤਲ ਹੋ ਜੂ। ਓ ਫੁੱਫੜਾ, ਉਹ ਤੂੰ ਤਾਂ ਕੁੱਤੇ ਨਾਲੋਂ ਵੀ ਗਿਆ ਗੁਜ਼ਰਿਆ, ਉਹ ਕੁੱਤਾ ਘੱਟੋ ਘੱਟ ਵਫਾਦਾਰ ਤਾਂ ਹੁੰਦਾ ਹੈ। ਆਈ ਸਾਲਿਆ ਹੱਥ ਤੇ, ਤੈਨੂੰ ਫੇਰ ਦੇਖਾਂਗੇ ਵੱਡੇ ਸੂਰਮੇ। ਓਏ ਜਾਨਾ ਜਾਨਾ, ਨਹੀਂ ਦੋਹਾਂ ਦਾ ਕਤਲ ਕਰ ਦਿੰਦਾ ਮੈਂ, ਨਾ ਤਾਂ ਰੋਕਿਆ ਨੀ ਫਿਰ ਉਹੀ ਲੱਗਿਆ ਮੈਨੂੰ। ਤੂੰ ਇੱਥੇ ਕਾਹਨੂੰ ਮਰਦਿਆਂ ਫੋੜੇ ਹੋਏ ਹੋਏ ਨੇ। ਮੈਂ ਨੀ ਮੰਨਦਾ ਇਹੋ ਜਿਹੀ ਬੇਇੱਜ਼ਤੀ ਨੂੰ, ਜਿੰਨੀ ਮਰਜ਼ੀ ਬੇਇੱਜ਼ਤੀ ਕਰੀ ਜਾਣ, ਨਾਲੇ ਮੇਰੇ ਵਰਗਾ ਘਟੀਆ ਬੰਦਾ, ਬਸ਼ਰਮ ਬੰਦਾ, ਨੀ ਤੂੰ ਦੀਵਾ ਲੈ ਕੇ ਭਾਲ ਲਈ ਕਿਤੋਂ ਨੀ ਮਿਲਣਾ ਤੈਨੂੰ। ਓਏ ਬੀਬੋ, ਮੈਨੂੰ ਸਾਰੀਆਂ ਚੀਜ਼ਾਂ ਹੀ ਮਾੜੀਆਂ ਮਿਲਦੀਆਂ ਨੇ। ਆਹ ਦੇਖ ਲੈ ਜਿਹੜੀ ਦਾਰੂ ਹੈ ਇਹ ਵੀ ਮਾੜੀ, ਆਹ ਤੂੰ ਮਿਲੀ ਆ ਤੂੰ ਦਾਰੂ ਤੋਂ ਵੀ ਮਾੜੀ, ਕਿਆ ਕਰੇਗਾ ਪਾਂਡੂ, ਚੱਲ ਭੱਜ ਇੱਥੋਂ। ਦੇਖਿਆ ਕਿਵੇਂ ਭੌਂਕਦੀ ਹੈ ਕੁੱਤੀ, 100 ਕੁੱਤਿਆਂ ਦੀ ਰਨ। ਚੱਲ ਨਿਕਲ ਜਾ ਮੇਰੇ ਘਰੋਂ, ਨਹੀਂ ਮਾਰੂ ਧੌਣ ਚ ਮੁੱਕੀ ਤੇਰੇ। ਆ ਜਾ ਮੇਰੇ ਬਾਪ ਦੀ ਰੰਨੇ, ਇਹ ਆ ਚੱਕ ਆ ਗਿਆ ਸਵਾਦ। ਠੰਡੀ ਦੇਖਦਾ ਕਹਿੰਦਾ ਕਿਹੜੇ ਪੈਸੇ, ਪੈਸੇ ਮੰਗਣ ਗਏ ਉੱਥੋਂ ਸੜੀ ਜੀ ਬੁੜੀ ਤੋਂ ਝਾੜੂ ਮਰਵਾ ਦੇ। ਇਹ 1500 ਦਾ ਜੇ 2000 ਨਾ ਲਿਆ ਨਾ ਮੈਨੂੰ ਤੂੰ ਮੰਗ ਕੇ ਨਾ ਬੁਲਾਈ। ਹਾਂ ਆ ਲਓ ਚਾਹ ਪੀ ਲਓ ਤੁਸੀਂ, ਨਹੀਂ ਪੈਸੇ ਦਿੰਦੇ ਕੋਈ ਨਾ, ਆਊਗਾ ਤਾਂ ਉਰੇ ਹੀ। ਇਹੀ ਗੱਲ ਤਾਂ ਮੈਂ ਕਹਿੰਦਾ ਬਾਈ, ਆਊਗਾ ਤਾਂ ਉਰੀ, ਪਤੰਦਰ ਮੰਨਦਾ ਹੀ ਨਹੀਂ ਯਾਰ, ਮੈਂ ਕੀ ਕਰਾਂ। ਮੇਰੇ ਸਾਲੇ ਦਾ ਨੰਗੜ, ਧੁੰਮੇ ਦੇ ਪੈਸੇ ਮੁੱਕਰਦਾ, ਧੁੰਮੇ ਸ਼ਰਾਬੀ ਦੇ। ਓਏ ਉਹਨੂੰ ਪਤਾ ਨਹੀਂ ਵੀ ਧੁੰਮਾ ਕੀ ਸ਼ਾਇਦ ਦਾ ਨਾਂ ਆ, ਮੈਂ ਮੇਰੇ ਸਾਲੇ ਦੇ ਖੇਡਣੇ ਖੜਾ ਦੂੰ ਕਿਸੇ ਦਿਨ। ਹਾਂ ਕਾਹਨੂੰ ਆਪਣਾ ਖੂਨ ਸਾੜੀ ਜਾਂਦਾ, ਜਦੋਂ ਆਊਗਾ ਫੜ ਲਈ ਭੈਣ ਦੇ ਮਾਮੇ ਨੂੰ। ਓ ਲਾਲੀ ਚੱਲ ਮੇਰੇ ਨਾਲ ਚੱਲ ਉਹਦੇ ਘਰਾਂ, ਉਸੇ ਕੁੱਟ ਕੇ ਆਉਣਾ ਮੇਰੇ ਸਾਲੇ ਨੂੰ। ਬਾਈ ਮੈਂ ਕਹਿੰਦਾ ਰਹਿਣ ਦੇ, ਗੱਲ ਵੱਧ ਜੂ, ਗੱਲ ਥਾਣੇ ਕਚਹਿਰੀਆਂ 'ਚ ਵਗ ਜੂ, ਇਕੱਠ ਹੋ ਜੂ, ਫਾਇਦਾ ਕੀ। ਉਹ ਧੁੰਮਾ ਡਰਦਾ ਕਿਸੇ ਭੈਣ ਦੇ ਮਾਮੇ ਤੋਂ, ਤੈਨਾਂ ਹੀ ਜਾਣਾ।
ਤਨਾ ਸੀ। ਤੈਨੂੰ ਸੁਣਦਾ ਨੀ, ਲੜਨਾ ਨੀ ਆਪਾਂ, ਜਦੋਂ ਆਊਗਾ ਲਾ ਲਈ ਚਿੱਤਰ, ਵੇ ਲਾ ਲਈ ਸਮਝਾ ਇਹਨੂੰ। ਮੈਂ ਤਾਂ ਭਾਬੀ ਬਹੁਤ ਸਮਝਾਇਆ ਗਾ, ਕਹਿੰਦਾ ਛਿੱਤਰ ਮਾਰ ਕੇ ਰੋਟੀ ਖਾਣੀ ਆ। ਮੈਂ ਪਾਵਾਂ ਚੁੱਗਾ, ਬੁਲਾ ਤਾਂ ਮੈਂ ਲਊ, ਪਰ ਸਾਂਭ ਲਿਓ ਤੁਸੀਂ। ਬਤਾ ਮੇਰੇ ਸਾਲੇ ਨੂੰ, ਸੰਭਾਲੂੰਗਾ ਤਾਂ ਸਾਲੇ ਨੂੰ ਇਹੋ ਜਿਹਾ, ਸਾਲੇ ਤੋਂ ਜ਼ਿੰਦਗੀ ਭਰ ਨਹੀਂ ਸੰਭਲਿਆ ਜਾਣਾ। ਹਾਂ ਉਹ ਲਾ ਲਈ, ਚੱਲ ਜਾ ਛੱਡ, ਚੱਲ ਯਾਰ ਹੱਥ ਤੇ ਚੱਲਦੇ ਹਾਂ। ਮਾੜੀ ਜੀ ਪਈ ਨਹੀਂ ਬਾਈ, ਘੁੱਟ ਉੱਥੇ ਲਾਵਾਂਗੇ ਘੁੱਟ ਘੁੱਟ, ਚੱਲ ਆ ਜਾ, ਚੱਲ ਫਿਰ ਉੱਥੇ ਨਾ ਦਲੇਰ ਜਾ ਕੇ ਚੱਲ। ਭੂਆ ਘਰ ਹੀ ਆ। ਅਰੇ ਕੁੜੇ ਨੰਗਿਆ ਕੌਣ ਆ? ਫੁੱਫੜ ਕਿੱਥੇ ਆ? ਉਹ ਤਾਂ ਮਰ ਗਿਆ ਹੈ। ਕਦੋਂ ਭੂਆ? ਨਹੀਂ ਆਏ ਨਹੀਂ, ਮਰਿਆ 25 ਸਾਲ ਪਹਿਲਾਂ, ਮੇਰੇ ਤੇ ਮਰਿਆ ਸੀਗਾ। ਲੈ ਭੂਆ ਮੈਂ ਤਾਂ ਡਰ ਹੀ ਗਈ ਸੀ, ਉਹ ਮੇਰੇ ਘਰ ਵਾਲੇ ਦਾ ਜਨਮ ਦਿਨ ਆ, ਪਾਰਟੀ ਵਾਸਤੇ ਕਹਿਣ ਆਈ ਸੀ, ਨਾਲੇ ਦਾਰੂ ਸ਼ਾਰੂ ਚੱਲੂਗੀ। ਚੱਲ ਫਿਰ ਫੁੱਫੜ ਘਰੇ ਨਹੀਂ ਹੈਗਾ, ਫਿਰ ਮੈਂ ਜਾਣੀ ਆ। ਲੈ ਭਾਈ ਕਿਹੜਾ ਕੰਜਰ ਕਹਿੰਦਾ ਮੈਂ ਘਰੇ ਨਹੀਂ ਹੈਗਾ, ਆ ਦੇਖ ਘਰੇ ਤਾਂ ਹੈਗਾ, ਮੈਂ ਤਾਂ ਜ਼ਰੂਰ ਆਉਂਗਾ। ਤੂੰ ਐਂ ਦੱਸ ਭਾਈ ਪਾਰਟੀ ਕਦੋਂ ਹੈ? ਤੇ ਕੰਜਰ ਦੀ ਕਿਵੇਂ ਜੀਵ ਮੂਤ ਗਿਆ ਦਾਰੂ ਤੇ ਫੀਂਦੀ ਤੇ, ਮੈਂ ਕਹਿੰਦਾ ਉੱਥੇ ਮਰ ਜੀ ਕਿਤੇ। ਓ ਨਹੀਂ ਮਰਦਾ, ਪਹਿਲਾਂ ਤਾਂ ਮਰਿਆ ਨਹੀਂ। 4 ਵਜੇ ਆ ਫੁੱਫੜਾ, ਦਾਰੂ ਦੇ ਨਾਲ ਨਾਲ ਮੁਰਗਾ ਵੀ ਚੱਲੂਗਾ, ਦੇਖੀ ਕਿਤੇ ਮਿਸ ਨਾ ਕਰਦੀ। ਲੈ ਭਾਈ ਮੈਂ ਤਾਂ ਚਾਹੇ ਕਬਰਾਂ 'ਚ ਉੱਠ ਕੇ ਆਵਾਂ, ਜ਼ਰੂਰ ਆਊਂ। ਲੈ ਐਂ ਕਰ ਮੇਰੇ ਕੱਪੜੇ ਪ੍ਰੈਸ ਕਰ ਦੇ। ਚੱਲ ਚੰਗਾ ਭੂਆ ਮੈਂ ਜਾਣੀ ਆ, ਫੁੱਫੜਾ ਹੁਣ ਆ ਜੀ ਟਾਈਮ ਨਾਲ, ਫਿਰ ਨਾ ਕੋਈ ਬੁਲਾਇਆ ਨਹੀਂ। ਓ ਚੱਲ ਚੱਲ ਭਾਈ ਮੈਂ ਤਾਂ ਤੇਥੋਂ ਪਹਿਲਾਂ ਆਜੂ। ਐਂ ਕਰ ਮੇਰਾ ਕੁੜਤਾ ਚਾਦਰਾ ਪ੍ਰੈਸ ਕਰ ਦੇ। ਯਾ ਮੈਂ ਨਹੀਂ ਕਰਦਾ। ਕੁੜਤਾ ਚਾਦਰਾ ਪ੍ਰੈਸ ਨਹੀਂ ਕਰਦੀ? ਮੈਂ ਤਾਂ ਕਿਹਾ ਮੈਂ ਨਹੀਂ ਕਰਦੀ। ਤੂੰ ਪ੍ਰੈਸ ਨਹੀਂ ਕਰਦੀ? ਚੱਲ ਮੈਂ ਆਪ ਹੀ ਕਰ ਲੂੰ। ਐਂ ਕਰ ਪਾਰਟੀ ਤੇ ਜ਼ਰੂਰ ਜਾਊਂ। ਸਿੱਧਾ ਕਤਲ ਹੋਊਗਾ ਕਤਲ, ਕਤਲ ਤੋਂ ਥੱਲੇ ਤਾਂ ਮੈਂ ਸਾਈ ਵੀ ਨਹੀਂ ਫੜਦਾ। ਤੂੰ ਕਿੰਨੇ ਪੈਸੇ ਲਵੇਂਗਾ ਆ ਫੁੱਫੜ ਨੂੰ ਟਿਕਾਣੇ ਲਾਉਣ ਦੇ? ਉਹ ਯਾਰ ਪਹਿਲਾ ਕਤਲ ਹੈ, ਸਿੱਧੀ ਤਰ੍ਹਾਂ ਤੁਸੀਂ ਬਾਹਣੀ ਕਰਾਓ, ਫਿਰ ਉਦੋਂ ਬਾਅਦ ਦੇਖਿਓ ਕਾਤਲ ਤੇ ਕਾਤਲ, ਕਾਤਲ ਤੇ ਕਾਤਲ ਹੁੰਦੇ ਹੀ ਰਹਿਣਗੇ। ਪੈਸੇ ਭਾਈ ਚਾਹੇ 100 ਵੱਧ ਲੈ ਲਈ, ਬੰਦਾ ਨਹੀਂ ਬਚਣਾ ਚਾਹੀਦਾ। ਓਏ ਯਾਰ ਬਿੱਲੂ ਬੱਕਰੇ ਤੋਂ ਅੱਜ ਤੱਕ ਕੋਈ ਬੰਦਾ ਬਚਿਆ ਹੀ ਨਹੀਂ। ਓ ਸਾਲਿਆ ਨਾਲੇ ਦਾ ਤੂੰ ਕਹਿੰਦਾ ਮੇਰਾ ਪਹਿਲਾ ਕਤਲ ਆ ਇਹ। ਓਏ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਯਾਰ, ਤੁਸੀਂ ਬਾਹਣੀ ਕਰਾਓ ਤੇ ਨਿਕਲੋ। ਅੱਛਾ ਆ ਜੱਗ 50 ਰੁਪਏ ਸਾਈ, ਬਾਕੀ 50 ਰੁਪਏ ਕਤਲ ਹੋਣ ਤੋਂ ਬਾਅਦ। ਓਏ ਭੂਆ ਵੈਲਣ ਦੇ ਫੁੱਫੜ ਨੇ ਬੜਾ ਤੰਗ ਕੀਤਾ ਸਾਨੂੰ, ਠੀਕ ਆ? ਹੈ ਬਸ 100 ਰੁਪਏ ਹੀ ਇੱਕ ਕਤਲ ਦਾ? ਓਏ ਹੋਰ ਹੁਣ ਯਾਰ ਤੂੰ ਦਾਊਦ ਇਬਰਾਹਿਮ ਆ, ਜੇ ਲੈਣ ਨੇ ਲੈ, ਨਹੀਂ ਬੰਦਾ ਬੰਦਾ ਦਾ ਅਸੀਂ ਆਪ ਹੀ ਗੱਡੀ ਚਾੜ ਦਿੰਦੇ ਹਾਂ। ਓ ਯਾਰ ਹੁਣ ਤਾਂ 100 ਰੁਪਇਆ ਵੀ ਬਹੁਤ ਹੈ, ਚਲੋ ਲਿਆਓ ਫਿਰ ਤੁਹਾਡਾ ਕੰਮ ਹੋ ਜੂਗਾ। ਚੱਲ ਠੀਕ ਆ, ਚੱਲ ਓਕੇ, ਕੰਮ ਹੋ ਜਾਣਾ ਚਾਹੀਦਾ, ਬਸ ਦਿਨ ਚੜ੍ਹ ਦਿਨ ਚਮਕੀਲਾ ਦਿਖਾ ਦਿਆ ਉਹਨੂੰ। ਚਲੋ ਕਾਤਲ ਦੀ ਸ਼ੁਰੂਆਤ ਤਾਂ ਹੋਈ, ਬਾਹਣੀ ਤਾਂ ਹੋਈ ਸਾਲੀ। ਸਾਲੇ ਵੱਡੇ ਚਾਵਲ, 1500 ਰੁਪਏ ਪਿੱਛੇ ਮੈਨੂੰ ਮਾਰਨ ਨੂੰ ਫਿਰਦੇ ਸੀ। ਓਏ ਫੁੱਫੜਾ ਉਹ ਤਾਂ ਫੇਰ ਵੀ 1500 ਹੈ, ਆ ਮੈਂ ਦੇਖ ਲਾ, 100 ਰੁਪਏ ਚ ਰਾਜੀ।